ਸੋ ਟੂਰਿਸਟ ਵੀਜ਼ਾ ਚਾਹੇ ਕੈਨੇਡਾ ਦਾ ਚਾਹੇ ਕਿਸੇ ਵੀ ਕੰਟਰੀ ਦਾ ਹੈ, ਸਿੰਗਲ ਲੈਣਾ ਸੌਖਾ ਹੈ ਜਾਂ ਫੈਮਿਲੀ ਦੇ ਨਾਲ ਲੈਣਾ ਸੌਖਾ ਹੈ? ਇਹ ਅਕਸਰ ਲੋਕਾਂ ਨੂੰ ਕਨਫਿਊਜ਼ਨ ਹੁੰਦੀ ਹੈ ਕਿ ਜਦੋਂ ਆਪਾਂ ਟੂਰਿਸਟ ਵੀਜ਼ਾ ਅਪਲਾਈ ਕਰੀਏ ਅਤੇ ਉਹ ਇਕੱਲੇ ਅਪਲਾਈ ਕਰਕੇ ਲੈਣਾ ਸੌਖਾ ਹੈ ਜਾਂ ਫੈਮਿਲੀ ਨਾਲ ਅਪਲਾਈ ਕਰਕੇ ਲੈਣਾ ਸੌਖਾ। ਸੋ ਇੱਥੇ ਸਭ ਤੋਂ ਪਹਿਲੀ ਜਿਹੜੀ ਚੀਜ਼ ਹੈ ਦੋਸਤੋ, ਉਹ ਮੈਟਰ ਕਰਦੀ ਹੈ ਕਿ ਤੁਸੀਂ ਕਿਹੜੇ ਪਰਪਸ ਲਈ ਜਾ ਰਹੇ ਹੋ। ਜੇ ਤੁਸੀਂ ਜਾ ਰਹੇ ਹੋ ਕਿਸੇ ਵਰਕਿੰਗ ਪਰਪਸ ਲਈ, ਕੰਮ ਵਾਲੇ ਪਰਪਸ ਲਈ, ਦੈਨ ਮੇਰੀ ਰਿਕਮੈਂਡੇਸ਼ਨ ਤੁਹਾਨੂੰ ਸਿੰਗਲ ਅਪਲਾਈ ਕਰਨ ਦੀ ਰਹੂਗੀ, ਕਿਉਂਕਿ ਸਿੰਗਲ ਦੇ ਵਿੱਚ ਤੁਹਾਡੇ ਇੱਕ ਤਾਂ ਤੁਸੀਂ ਕੰਮ ਲਈ ਜਾ ਰਹੇ ਹੋ, ਉਹ ਤਾਂ ਸਟਰੋਂਗ ਰੀਜ਼ਨ ਹੈਗਾ ਹੀ ਹੈਗਾ। ਇਨਕਮ ਕਿੰਨੀ ਚਾਹੀਦੀ, ਫੰਡ ਕਿੰਨੇ ਚਾਹੀਦੇ, ਉਹ ਪਹਿਲਾਂ ਮੈਂ ਸ਼ੋਅ ਬਣਾਇਆ, ਇਹਦੇ ਵਿੱਚ ਮੈਂ ਤੁਹਾਡਾ ਬਹੁਤ ਜ਼ਿਆਦਾ ਟਾਈਮ ਨਹੀਂ ਲਊਂਗਾ। ਚੈਨਲ 'ਤੇ ਜਾਓ, ਤੁਸੀਂ ਦੇਖੋ, ਤੁਹਾਨੂੰ ਕਲੈਰਿਟੀ ਆ ਜਾਣਗੀ ਹੈ। ਸਿੰਗਲ ਦਾ ਵੀ ਕਿੰਨਾ ਕੁ ਦਿਖਾਉਣਾ ਹੈ, ਫੈਮਿਲੀ ਨਾਲ ਵੀ ਕਿੰਨੇ ਕੁ ਦਿਖਾਉਣੇ ਆ, ਸਾਰਾ ਕੁਛ ਦੱਸਿਆ ਹੋਇਆ। ਬਟ ਇੱਥੇ ਜਿਹੜੀ ਆਪਾਂ ਕੋਰ ਗੱਲ ਕਰ ਰਹੇ ਹਾਂ, ਔਰ ਦੂਸਰਾ, ਤੁਸੀਂ ਵੀਜ਼ਾ ਆਫਿਸਰ ਨੂੰ ਇੱਥੇ ਇੱਕ ਵੱਡੀ ਸੈਟੀਸਫੈਕਸ਼ਨ ਦੇ ਦਿੰਦੇ ਹੋ ਜਦੋਂ ਤੁਹਾਡੀ ਫੈਮਿਲੀ ਪਿੱਛੇ ਰਹਿ ਜਾਂਦੀ ਹੈ ਕਿ ਬਈ ਇਹ ਤੁਹਾਡੇ ਆਉਣ ਦਾ ਇੱਕ ਵੱਡਾ ਕਾਰਨ ਹੋ ਜਾਂਦਾ। ਕਿਉਂਕਿ ਲੋਕ ਇੱਕ ਨਾ ਬਹੁਤ ਵੱਡੀ ਗਲਤੀ ਕਰਦੇ ਨੇ ਟੂਰਿਸਟ ਵੀਜ਼ਾ ਅਪਲਾਈ ਕਰਨ ਲੱਗੇ, ਲੋਕ ਸੋਚਦੇ ਨੇ ਕਿ ਸਾਨੂੰ ਅੰਬੈਸੀ ਨੂੰ ਆਹ ਦੱਸਣਾ ਜ਼ਰੂਰੀ ਹੈ ਕਿ ਮੈਂ ਉਸ ਕੰਟਰੀ 'ਚ ਜਾਣਾ ਕਿਵੇਂ। ਬਟ ਤੁਸੀਂ ਆਹ ਭੁੱਲ ਜਾਂਦੇ ਹੋ ਕਿ ਵੀਜ਼ਾ ਆਫਿਸਰ ਦਾ ਜ਼ਿਆਦਾ ਇੰਟਰਸਟ ਇਹ ਜਾਣਨ ਦੇ ਵਿੱਚ ਆ ਕਿ ਤੁਸੀਂ ਕੰਟਰੀ 'ਚੋਂ ਵਾਪਸ ਕਿਉਂ ਆਉਂਗੇ, ਕਿ ਭਾਈ ਤੁਸੀਂ ਕੈਨੇਡਾ 'ਤੇ ਜਾਣਾ ਚਾਹੁੰਦੇ ਹੋ, ਬਿਜ਼ਨਸ ਲਈ ਜਾਣਾ ਚਾਹੁੰਦੇ ਹੋ, ਘੁੰਮਣ ਲਈ ਜਾਣਾ ਚਾਹੁੰਦੇ ਹੋ, ਪਰ ਸਾਨੂੰ ਆਹ ਸਾਬਤ ਕਰੋ ਵੀ ਤੁਸੀਂ ਕੈਨੇਡਾ ਛੱਡ ਕੇ ਵੀ ਆਉਂਗੇ। ਤੁਸੀਂ ਟੂਰਿਸਟ ਵੀਜ਼ਾ 'ਤੇ ਜਾ ਰਹੇ ਹੋ, ਕੀ ਪਤਾ ਕੱਲ੍ਹ ਨੂੰ ਛੱਡ ਕੇ ਵਾਪਸ ਆਓ ਜਾਂ ਨਾ ਆਓ। ਸੋ ਉਹ ਕਿੱਦਾਂ ਸਾਬਤ ਕੀਤਾ ਜਾਵੇ, ਉਹ ਸਾਬਤ ਕਰਨ ਦਾ ਇੱਕ ਜਿਹੜਾ ਤਰੀਕਾ ਹੈ ਉਹਨਾਂ ਦਾ, ਉਹਨੂੰ ਟੈਕਨੀਕਲੀ ਉਹ ਕਹਿੰਦੇ ਨੇ ਯੋਰ ਸੋਸ਼ਲ ਟਾਈਸ ਐਂਡ ਯੋਰ ਇਕਨੋਮਿਕ ਟਾਈਸ। ਇਕਨੋਮਿਕ ਟਾਈਸ ਮਤਲਬ ਤੁਹਾਡਾ ਕਾਰੋਬਾਰ, ਤੁਹਾਡਾ ਕੰਮ, ਤੁਹਾਡੀ ਜੋਬ, ਜੋ ਵੀ ਤੁਸੀਂ ਇੱਥੇ ਕਰਦੇ ਹੋ ਉਹਦੇ ਲਈ ਵਾਪਸ ਆਉਂਗੇ। ਔਰ ਸੋਸ਼ਲ ਟਾਈਸ ਕਿ ਤੁਹਾਡਾ ਪਿੱਛੇ ਐਸਾ ਕਿਹੜਾ ਪਰਿਵਾਰ ਰਹਿ ਗਿਆ, ਐਸਾ ਤੁਹਾਡਾ ਕਿਹੜਾ ਲਿੰਕ ਰਹਿ ਗਿਆ ਜਿਹਦੇ ਲਈ ਤੁਹਾਨੂੂੰ ਵਾਪਸ ਆਉਣਾ ਪਏਗਾ। ਸੋ ਤੁਸੀਂ ਜਦੋਂ ਸਿੰਗਲ ਅਪਲਾਈ ਕਰਦੇ ਹੋ ਤਾਂ ਚਾਂਸਿਸ ਆਫ ਵੀਜ਼ਾ ਡੈਫੀਨੇਟਲੀ ਗੈਟ ਹਾਇਰ, ਜਦੋਂ ਖਾਸ ਕਰ ਤੁਸੀਂ ਬਿਜ਼ਨਸ ਟ੍ਰਿਪ ਲਈ ਕਰ ਰਹੇ ਹੋ, ਕੰਮ ਦੇ ਲਈ ਕਰ ਰਹੇ ਹੋ। ਬਟ ਜਦੋਂ ਤੁਸੀਂ ਲੇਜ਼ਰ ਲਈ ਕਰ ਰਹੇ ਹੋ, ਜਦੋਂ ਤੁਸੀਂ ਘੁੰਮਣ ਫਿਰਨ ਦੇ ਮਕਸਦ ਨਾਲ ਕਰ ਰਹੇ ਹੋ ਤਾਂ ਫਿਰ ਇੱਥੇ ਸਟੋਰੀ ਬਦਲੇਗੀ ਥੋੜ੍ਹੀ ਜਿਹੀ। ਕਿਉਂਕਿ ਘੁੰਮਣ ਬਹੁਤ ਘੱਟ ਚਾਂਸ ਹੈ ਕਿ ਕੋਈ ਬੰਦਾ ਇਕੱਲਾ ਜਾਣਾ ਚਾਹੁੰਦਾ, ਜਾਣਾ ਚਾਹੁੰਦੇ ਨੇ, ਜਾਂਦੇ ਨੇ, ਬਹੁਤ ਸਿੰਗਲ ਟਰੈਵਲਰ ਹੁੰਦੇ ਨੇ, ਅਪਲਾਈ ਕਰ ਸਕਦੇ ਹੋ, ਵੀਜ਼ੇ ਆਉਂਦੇ ਨੇ, ਇੱਦਾਂ ਦੀ ਕੋਈ ਗੱਲ ਨਹੀਂ ਗੀ। ਬਟ ਮੈਂ ਸਟਰੋਂਗ ਹੋਣ ਦੀ ਗੱਲ ਕਰ ਰਿਹਾ ਕਿ ਸਟਰੋਂਗ ਕਿੱਦਾਂ ਕਰਦੇ ਆ ਕੇਸ ਨੂੰ। ਸੋ ਜਦੋਂ ਤੁਸੀਂ ਪਰਿਵਾਰ ਨਾਲ ਅਪਲਾਈ ਕਰਦੇ ਹੋ ਜਾਂ ਤੁਸੀਂ ਦੋ ਤਿੰਨ ਫਰੈਂਡਸ ਅਪਲਾਈ ਕਰਦੇ ਹੋ, ਇੱਕ ਗਰੁੱਪ ਨਾਲ ਅਪਲਾਈ ਕਰਦੇ ਹੋ, ਤਾਂ ਤੁਸੀਂ ਇੱਕ ਜੈਨੂਇਨ ਟੂਰਿਸਟ ਦੀ ਪਰਿਭਾਸ਼ਾ 'ਚ ਆ ਜਾਂਦੇ, ਠੀਕ ਹੈ ਜੀ। ਔਰ ਉਹਦੇ ਵਿੱਚ ਵੀ ਸੋਸ਼ਲ ਟਾਈਸ, ਇਕਨੋਮਿਕ ਟਾਈਸ ਡੈਫੀਨੇਟਲੀ ਮੈਟਰ ਕਰਦੀਆਂ। ਸੋ ਜਦੋਂ ਤੁਹਾਡਾ ਪਰਿਵਾਰ ਤੁਹਾਡੇ ਨਾਲ ਜਾ ਰਿਹਾ, ਇਹਦਾ ਮਤਲਬ ਆਹ ਨਹੀਂ ਹੈ ਕਿ ਤੁਸੀਂ ਹੁਣ ਵਾਪਸ ਹੀ ਨਹੀਂ ਆਓਗੇ। ਪਰਿਵਾਰ ਦੀਆਂ ਵੀ ਆਪਣੀਆਂ ਬਾਊਂਡੇਸ਼ਨ ਨੇ, ਬੱਚਿਆਂ ਦੀ ਸਕੂਲਿੰਗ ਚੱਲ ਰਹੀ ਹੈ, ਵਾਈਫ ਕੋਈ ਜੋਬ ਕਰ ਰਹੇ ਨੇ ਜਾਂ ਬਿਜ਼ਨਸ ਕਰ ਰਹੇ ਨੇ, ਜਾਂ ਤੁਸੀਂ ਵੀ ਇੱਕ ਜੋਬ ਜਾਂ ਬਿਜ਼ਨਸ ਕਰ ਰਹੇ ਹੋ, ਜਾਂ ਤੁਹਾਡੇ ਪਿੱਛੇ ਪੇਰੈਂਟਸ ਹੈਗੇ ਨੇ। ਸੋ ਇੱਦਾਂ ਦੇ ਕਈ ਰੀਜ਼ਨ ਹੈ ਜਿਨ੍ਹਾਂ ਨਾਲ ਤੁਸੀਂ ਆਪਣੇ ਸੋਸ਼ਲ ਟਾਈਸ ਨੂੰ ਜਸਟੀਫਾਈ ਕਰ ਸਕਦੇ ਹੋ ਔਰ ਇਕਨੋਮਿਕ ਟਾਈਸ ਨੂੰ ਵੀ ਜਸਟੀਫਾਈ ਕਰ ਸਕਦੇ ਹੋ ਕਿ ਤੁਸੀਂ ਇਹ ਟ੍ਰਿਪ ਨੂੰ ਅਫੋਰਡ ਕਰ ਸਕਦੇ ਹੋ। ਸੋ ਤੁਸੀਂ ਕਿਹੜੇ ਮਕਸਦ ਨਾਲ ਜਾਂਦੇ ਹੋ, ਉਸ ਹਿਸਾਬ ਨਾਲ ਤੁਸੀਂ ਇਹ ਚੂਜ਼ ਕਰ ਸਕਦੇ ਹੋ ਕਿ ਤੁਹਾਨੂੰ ਇਕੱਲੇ ਅਪਲਾਈ ਕਰਨਾ ਚਾਹੀਦਾ ਹੈ ਜਾਂ ਫੈਮਿਲੀ ਨਾਲ ਅਪਲਾਈ ਕਰਨਾ ਚਾਹੀਦਾ। ਸੋ ਅੱਗੇ ਵੀ ਇਸ ਚੈਨਲ ਦੇ ਜ਼ਰੀਏ ਰੈਗੂਲਰ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਪ੍ਰੋਫਾਈਲਸ ਨੂੰ ਲੈ ਕੇ ਡਾਊਟ ਹੈ, ਟੂਰਿਸਟ ਵੀਜ਼ਾ ਨੂੰ ਲੈ ਕੇ ਕੋਈ ਕਨਫਿਊਜ਼ਨ ਹੈ, ਬ੍ਰੌਡਵੇ ਟੀਮ ਨੂੰ ਹੁਣੇ ਕਾਲ ਕਰ ਸਕਦੇ ਹੋ, ਨੰਬਰ ਸਕਰੀਨ 'ਤੇ ਹੈ। ਆਫਿਸ ਪੂਰੇ ਨੌਰਥ ਇੰਡੀਆ 'ਚ ਨੇ, ਤੁਸੀਂ ਸਾਨੂੰ ਜੰਮੂ, ਪੰਜਾਬ ਦੇ ਕਈ ਸ਼ਹਿਰਾਂ 'ਚ, ਹਰਿਆਣਾ ਦੇ ਕਈ ਸ਼ਹਿਰਾਂ 'ਚ, ਦਿੱਲੀ 'ਚ ਸਾਡਾ ਆਫਿਸ ਹੈ, ਗੁਜਰਾਤ ਆਫਿਸ ਹੈ, ਸਾਰੀ ਜਗ੍ਹਾ 'ਤੇ ਸਾਡੀ ਟੀਮ ਨਾਲ ਨਿਸ਼ਚਿੰਤ, ਬੇਫਿਕਰ ਹੋ ਕੇ ਅਪਲਾਈ ਕਰ ਸਕਦੇ। ਥੈਂਕ ਯੂ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ।